कुछ भी बोलता बोल स्टार्ट अच्छा इसीलिए तो सबनु मेरा जुबिडुबी सलाम नमस्ते सस्री अकाल मेरे नाल आज जुड़े हैं मिस अन सबनु मेरा जुबिडुबी सलाम नमस्ते सस्री अकाल मैं हां श्वेता तोडी पर अब देखो मतलब उधर देखो ना पहले बोलूं बोलो नहीं चेकिंग के लिए बोलूं कि बोलने के लिए बोलूं बस ठीक है कुछ भी बोलो बोलो स्टार्ट अच्छा इसीलिए तो सबनु मेरा जुबिडुबी सलाम नमस्ते सस्रेकार मैं है श्वेता थोड़े 973 शो विच तहे दिल नाल स्वागत कर दिया मेरे नाल आज जुड़े हैं बाहरें दी जाने माने हस्ती मिस अनुपम रमेश किंगर जी जेने लिए जिन्ना भी कहो घट है ए राइटर भी हैं पोइटर्स भी हैं डायरेक्टर भी हैं थिएटर आर्टिस्ट भी हैं She is a global media director of Poetry and Literary Group International, head of Mahila Kavya Manch Bahrain, collaborated with Digital Storytelling for Children, active volunteer with Chhaon Foundation and Shiro's Club, Women Empowerment Subcommittee member of Indian Ladies Association, in charge of international service of Kavya Sarjan Mahila. Welcome Anupam ji. ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵੈਲਕਮ ਵੈਲਕਮ ਅਨੁਪਮ ਜੀ ਅੱਛਾ ਸਾਨੂੰ ਦੱਸੋ ਤੁਸੀਂ ਐਨੀ ਪੋਇਟਰੀ ਲਿਖਦੇ ਹੋ ਤੁਹਾਨੂੰ ਕੋਈ ਇੰਸਪੀਰੇਸ਼ਨ ਮਿਲਦੀ ਹੈ ਹਾਂਜੀ ਇੰਸਪੀਰੇਸ਼ਨ ਮਿਲਦੀ ਹੈ ਔਰ ਉਹ ਸਭ ਤੋਂ ਜ਼ਿਆਦਾ ਇਸ ਗੱਲ ਤੋਂ ਮਿਲਦੀ ਹੈ ਕਿ ਸਾਰੇ ਬਸ ਪੰਜਾਬੀਆਂ ਨੂੰ ਇੰਨਾ ਸਮਝ ਕੇ ਬੈਠੇ ਹੈ ਕਿ ਵੱਡੇ ਵੱਡੇ ਬਜਾਇਰੋ ਚਲਾਉਂਦੇ ਹਾਂ ਵੱਡੀ ਵੱਡੀ ਹਵੇਲੀਆਂ 'ਚ ਰਹਿੰਦੇ ਹਾਂ ਅਤੇ ਡੀਜੇ ਦੇ ਮਿਊਜ਼ਿਕ 'ਤੇ ਡਾਂਸ ਕਰਦੇ ਹਾਂ ਸਾਰੇ ਭੁੱਲ ਗਏ ਕਿ ਕਦੇ ਇੱਕ ਬੁੱਲੇ ਸ਼ਾਹ ਵੀ ਹੁੰਦਾ ਸੀ ਕਦੇ ਇੱਕ ਵਾਰਿਸ ਸ਼ਾਹ ਸੀਗਾ ਕਦੇ ਇੱਕ ਅੰਮ੍ਰਿਤਾ ਪ੍ਰੀਤਮ ਸੀਗੀ ਇੱਕ ਖੁਸ਼ਵੰਤ ਸਿੰਘ ਸੀਗਾ ਜਿਹੜੇ ਇਹਨਾਂ ਖੇਤਾਂ ਦੀ ਮਿੱਟੀ ਤੋਂ ਹੋ ਗਏ ਸੀ ਬਸ ਉਹਨਾਂ ਦੀ ਯਾਦ ਵਿੱਚ ਔਰ ਉਹਨਾਂ ਨੂੰ ਫਖਰ ਮਹਿਸੂਸ ਕਰਾਉਣ ਲਈ ਲਿਖਦੇ ਰਹਿੰਦੇ ਹਾਂ ਤੁਸੀਂ ਇੰਨੀ ਸਾਰੀ ਸ਼ਾਰਟ ਮੂਵੀਜ਼ ਡਾਇਰੈਕਟ ਕੀਤੀਆਂ ਨੇ ਤੁਸੀਂ ਕੋਈ ਕੋਰਸ ਕੀਤਾ ਹੈ ਨਹੀਂ ਮੈਂ ਕੋਈ ਕੋਰਸ ਤਾਂ ਨਹੀਂ ਕੀਤਾ ਪਰ ਹਾਂ ਮੈਨੂੰ ਸ਼ੌਕ ਬਹੁਤ ਹੈ ਅਤੇ ਜਦੋਂ ਕੋਈ ਕੁਝ ਕਰ ਰਿਹਾ ਹੁੰਦਾ ਭਾਵੇਂ ਕੈਮਰਾ ਹੋਵੇ ਭਾਵੇਂ ਮਾਈਕ ਹੋਵੇ ਤਾਂ ਮੈਂ ਉਹਨੂੰ ਦੇਖਦੀ ਰਹਿੰਦੀ ਹਾਂ ਔਰ ਵੇਖ ਕੇ ਸਿੱਖ ਜਾਂਦੀ ਹਾਂ ਫਿਰ ਭੁੱਲਾਂ ਕਰਦੇ ਹਾਂ ਫਿਰ ਭੁੱਲਾਂ ਤੋਂ ਸਿੱਖ ਜਾਂਦੇ ਹਾਂ ਹਾਂ ਬਿਲਕੁਲ ਸਹੀ ਕਹਾ ਆਪਣੇ ਅੱਛਾ ਅਨੁਪਮ ਜੀ ਇਹ ਆਡੀਓ ਸਟੋਰੀਜ਼ ਕੀ ਨੇ ਤਾਂ ਸਾਨੂੰ ਕੁਝ ਦੱਸੋ ਇਹਦੇ ਬਾਰੇ ਵਿੱਚ ਆਡੀਓ ਸਟੋਰੀ ਹਾਂਜੀ ਜ਼ਰੂਰ ਆਡੀਓ ਸਟੋਰੀਜ਼ ਦਾ ਇੱਦਾਂ ਹੈਗਾ ਹੈ ਕਿ ਜਦੋਂ ਅਸੀਂ ਕੋਈ ਵੀ ਕਵਿਤਾ ਜਾਂ ਕਹਾਣੀ ਲਿਖਦੇ ਹਾਂ ਅੱਜ ਕੱਲ੍ਹ ਆਡੀਅੰਸ ਦਾ ਅਟੈਂਸ਼ਨ ਸਪੈਨ ਬਹੁਤ ਘੱਟ ਹੋ ਗਿਆ ਲੋਕ ਪੜ੍ਹਨਾ ਨਹੀਂ ਪਸੰਦ ਕਰਦੇ ਔਰ ਪੜ੍ਹਨ ਵਿੱਚ ਆਉਣ ਤੇ ਫਿਰ ਕਿਤਾਬਾਂ ਨਹੀਂ ਖਰੀਦਦੇ ਇਸ ਕਰਕੇ ਅਸੀਂ ਸੋਚਿਆ ਕਿ ਉਹੀ ਉਹ ਕਵਿਤਾ ਉਹੀ ਉਹ ਕਹਾਣੀ ਜੇ ਅਸੀਂ ਤੁਹਾਨੂੰ ਆਪੇ ਹੀ ਪੜ੍ਹ ਕੇ ਸੁਣਾ ਦਈਏ ਔਰ ਨਾਲ ਨਾਲ ਤੁਹਾਨੂੰ ਉਹਦੇ ਕੁਝ ਤਸਵੀਰਾਂ ਲਾ ਕੇ ਦਿਖਾ ਦਈਏ ਤੇ ਤੁਹਾਨੂੰ ਉਹ ਕਹਾਣੀ ਜ਼ਿਆਦਾ ਆਪਣੀ ਆਪਣੇ ਦਿਲ ਵਰਗੀ ਲੱਗਦੀ ਹੈ ਜਿੱਦਾਂ ਅਸੀਂ ਇੱਕ ਕਹਾਣੀ ਕੀਤੀ ਸੀ ਨਾਮ ਸਾੜੀ ਉਹਦੀ ਸ਼ੁਰੂਆਤ ਹੀ ਇਸ ਤਰ੍ਹਾਂ ਹੋਈ ਸੀ ਹਾਂਜੀ ਨਾਮ ਸਾੜੀ ਘਰਾਨਾ ਬਨਾਰਸ ਜ਼ਿਲ੍ਹਾ ਰੇਸ਼ਮ ਔਰ ਉਹ ਇੱਕ ਬਨਾਰਸੀ ਸਾੜੀ ਦੀ ਬਣਨ ਤੋਂ ਲੈ ਕਰ ਫਟਣ ਤੱਕ ਦੀ ਕਹਾਣੀ ਸੀ ਅਤੇ ਉਹਦੇ 'ਚ ਅਸੀਂ ਤਸਵੀਰਾਂ ਹਰ ਵੱਖ ਵੱਖ ਤਰ੍ਹਾਂ ਦੀ ਬਨਾਰਸੀ ਸਾੜੀਆਂ ਦੀਆਂ ਪਾਈਆਂ ਸੀ ਅਤੇ ਉਹ ਲੋਕਾਂ ਨੇ ਬਹੁਤ ਪਸੰਦ ਕੀਤਾ ਹੋਰ ਹਿੰਮਤ ਵਧੀ ਫਿਰ ਹੋਰ ਕਰਨ ਲੱਗ ਗਏ ਇਹਦੀ ਕੋਈ ਵੈਬਸਾਈਟ ਹੈ ਨਹੀਂ ਇਹ ਅਸੀਂ ਆਪਣੇ ਯੂਟਿਊਬ ਪੇਜ 'ਤੇ ਪਾਉਂਦੇ ਹਾਂ ਖੁਆਬਗਾ ਡੋਟ ਡ੍ਰੀਮਸ ਯੂਟਿਊਬ ਪੇਜ 'ਤੇ ਅਸੀਂ ਪਾਉਂਦੇ ਰਹਿੰਦੇ ਹਾਂ ਹਾਂਜੀ ਓਕੇ ਹਾਂਜੀ ਚੰਗਾ ਜੀ ਤੁਸੀਂ ਆਪਣੀ ਕੋਈ ਫੇਵਰੇਟ ਕਵਿਤਾ ਦੀ ਕੁਝ ਲਾਈਨਾਂ ਸੁਣਾਵਾਂਗੇ ਵੈਸੇ ਤਾਂ ਰਾਜ ਕਪੂਰ ਜੀ ਕਹਿੰਦੇ ਸੀ ਮਾਂ ਜਨੇਂਦੀ ਸੱਤ ਪੁੱਤ ਭਾਗ ਨਾ ਦਿੰਦੀ ਵੰਡ ਅਤੇ ਮਾਂ ਨੂੰ ਤਾਂ ਸਾਰੇ ਹੀ ਪੁੱਤ ਪਿਆਰੇ ਹੁੰਦੇ ਆ ਹਾਂਜੀ ਹਾਂਜੀ ਪਰ ਹਾਂ ਜਦੋਂ ਵੀ ਕੋਈ ਮੈਨੂੰ ਪੁੱਛਦਾ ਹੈ ਮੇਰੇ ਬਾਰੇ 'ਚ ਹਾਂਜੀ ਜਾਂ ਬਈ ਤੁਸੀਂ ਕਵਿਤਾ ਕਿਉਂ ਲਿਖਦੇ ਹੋ ਤਾਂ ਦੋ ਛੋਟੀਆਂ ਛੋਟੀਆਂ ਸੁਣਾਉਂਦੀਆਂ ਹਾਂਜੀ ਜ਼ਰੂਰ ਪਹਿਲੀ ਤਾਂ ਮੈਂ ਕੌਣ ਹਾਂ ਮੈਂ ਕੌਣ ਹਾਂ ਮੈਂ ਨਾਰੀ ਹੂੰ ਮੈਂ ਭਾਰਤ ਕੀ ਨਾਰੀ ਹੂੰ ਮੈਂ 6 ਗਜ਼ ਲੰਬੀ ਸਾੜੀ ਹੂੰ ਹਾਂ ਮੈਂ ਬਿੰਦੀਆ ਬਿਛੀਆ ਕੰਗਨ ਹੂੰ ਪਰ ਮੈਂ ਹੀ ਦਰਾਤੀ ਆ ਰਹੀ ਹੂੰ ਮੈਂ ਭਾਰਤ ਕੀ ਨਾਰੀ ਹੂੰ ਅਤੇ ਭਾਰਤ ਦੀ ਨਾਰੀ ਨੂੰ ਘੱਟ ਨਾ ਸਮਝਿਓ ਕਦੇ ਔਰ ਦੂਜੀ ਇੱਕ ਹੋਰ ਹੈਗੀ ਹੈ ਜਿਹੜੀ ਮੈਂ ਕਵੀਆਂ ਨੂੰ ਕਈ ਵਾਰੀ ਦੱਸਦੀ ਹਾਂ ਕਿ ਵੀ ਕਿਸੇ ਕੋ ਵੀ ਰੁਲਾਉਣਾ ਬਹੁਤ ਆਸਾਨ ਹੋਤਾ ਹੈ ਹਾਂਜੀ ਕਿਸੇ ਕੋ ਵੀ ਰੁਲਾਉਣਾ ਬਹੁਤ ਆਸਾਨ ਹੋਤਾ ਹੈ ਬਸ ਇੱਕ ਉਂਗਲੀ ਉਸਕੀ ਤਰਫ ਉਠਾ ਦੀਜੀਏ
चंगा चंगा, बहुत ही चंगा। किसी को भी रुलाना बहुत आसान होता है, बस एक उंगली उसकी तरफ उठा दीजिए और कहीं फिर उसी को हंसाना हो तो उंगली अपनी ओर घुमा दीजिए। वाह वाह चंगा जी। मजा तो तब है मेरे दोस्त ये जो लफ्जों की ताकत मिली है तुम्हें, इससे किसी सोते ज़मीर को जगा दीजिए। इससे किसी सोते ज़मीर को जगा दीजिए। सानू जिन्नी भी प्रतिभा मिली है, कला मिली है रब वालों, वाहिगुरु वालों, उदा प्रयोग जे आपां करिए ते किसे दे भले लई करिए। हाँ, बाकी मखौल ते हंजुआन राते सब दे नाल चोली दा मंदर रिश्ता है गई है। हाँ जी, बहुत चंगा। हाँ, तुसे बहुत चंगा कही। तुहानू किन्ने साल हो गए बहरीन विच? तुहानू सब तो चंगा की लगता है बहरीन वारी? मैनू बहरीन विच इस साल 29 साल हो गए। अच्छा। मैं व्याह करके तो चूड़ा पा के इत्थे आई सी। वाह। और सुख नाल बहरीन ने मैनू मेरा परिवार दिता, मेरे बच्चे, मेरे सारे बच्चे इत्थे ही पैदा हुए, इत्थे ही जमे, इत्थे ही पढ़ाई कीती। हाँ जी। और हुण अपने अपने वक् वक् कैरियर कर रहे ने। हाँ जी। पर मेरे लिए हुण बहरीन घर हो गया। मैं जदों वापस दिल्ली जानी हाँ, नईयां सड़कां, नवे फ्लाईओवर कदे कदे अजनबी लगते है। हाँ, चेहरे कदे कदे अजनबी लगते है, पर बहरीन दा जिहड़ा प्यार है, जिहड़ा इन्होंने सानू सुकून दिता है। हाँ, और जिद्दां अपनाया है सानू। हाँ, मैं कहनी हाँ गुरुआं दी वाणी नू सच करके रखिया, सानू गले नाल ला के रखिया, कदे नहीं लग्या कि यह मेरा मुल्क नहीं हैगा। जदों बहरीन जितदा है किसी भी मैच विच, आपां भी तालियां वजाने हैं। हाँ जी, आपां भी नैशनल डे 16 दिसंबर नू बड़े फकर नाल जाने हैं। हाँ, गड्डी दे उत्ते झंडा लाने हैं। हाँ, अपने घर दे बाहर बत्तियां जलाने हैं, क्योंकि वह भी साढ़े नाल इदा ही करते हैं। हाँ, वह साड़ी दिवाली ते आंदे है, आपां उन्हां दी ईद ते जाने हैं। ते जदों हाथ विच हाथ मिला लो किसे नाल, ते फिर दोस्तियां यारियां रिश्तेदारियां बन जांदियां। बहुत खूब अनुपम जी, बहुत ही अच्छा लगा जी। अब अनुपम जी, हमारा लास्ट सेगमेंट है, दैट इज किन्ने पंजाबी हो तुसी? फुल जी, फुल कॉन्फिडेंट 100%। तो दिस इज रैपिड फायर क्वेश्चन राउंड। बिल्कुल, आपको एक एक सेकंड ही मिलेगा आंसर देने के लिए। बिल्कुल। फर्स्ट, तुसी सर्दियों में किन्नी वारी साग बनाते हो? हर हफ्ते मेरे घर साग बनता है और मेरे सारे दोस्तों के घर मेरे वालों साग जाता है और मेरे घर साग की खेती भी होती है। अरे वाह वाह, नेक्स्ट टाइम आई विल आल्सो कम। प्लीज आयो, आओ तुसी। अच्छा, पटियाला सूट दे पैंट सूट? पटियाला सूट। दे सैंडविचेस दे पराठे? परांठे। परांदा दे चोटी? नहीं, परांदा दे बॉबकट? नहीं जी, परांदा, बिल्कुल परांदा। रब जी वाल दे देंदे, अज भी परांदा ही पा के आंदी। अच्छा, तुसी कदी बैसाखी मनाई है बहरीन विच? हाँ जी, मैं अपने घर ते हर साल मनानी हाँ। जिदा रीत हैगी सी साडे घर दी, उदा इत्थे भी गन्ने गुन्ने कित्थों लिया के जुगाड़ करके मनाई दी है। बहुत बढ़िया। तुहाडी फेवरेट पंजाबी मूवी केड़ी है ते पंजाबी हीरो केड़ा है? देखो जी, हीरो तो अजकल का है। अच्छा। और वो मैं लगता है काफी लोगों का प्यारा होएगा, बहुत ही निघा मुंडा लगता है, दलजीत दोसांझ। अरे वाह, बड़ा प्यारा लगता है, बड़ा ही चंगा मुंडा है। ओदी और ओदी कला दे अलावा ओदी जेड़ी मासूमियत है ना, वो बहुत दिल नु लुभांदी है। हाँ जी। और पिक्चर एक थोड़ी जी पुरानी है, शायद तुसी वेखी होए कदे, ओदा नाम सीगा नानक नाम जहाज है। नानक, वो इन्नी खूबसूरत पिक्चर सीगी जिदे विच उन्होंने भगती दे रस नूं प्रेम दे रस नाल मिला के दिखाया सी। बहुत ही चंगी पिक्चर सी, मैं कई बारी वेखी। अरे वाह। अच्छा अनुपम जी, तुसी जदो बड़े खुश होंदे हो तुहाडे मुंह कोलों की निकलदा है? लै दुर फिट्टे मुंह। वैसे जब मैनू गुस्सा भी आंदा तो मैं दुर फिट्टे मुंह, खुशी विच, क्योंकि वो गालां कढ़ो ना तो अंदर ठंडा ठंडा होंदा, नहीं तो जब वेरी गुड कहते रहो अंदरों खुशी नहीं, खुशी नहीं होंदी। सही बात है। और तो एदे नाल ही सारा ये सेगमेंट खत्म होंदा है। तुसी हो 100% पंजाबी। थैंक यू। वो कहते हैं ना, पंजाबी दी शान वखरी। तो असी कार्यक्रम नु एथे समाप्त करते हैं, फिर मिलांगे हस्ते हस्ते। सत श्री अकाल, नमस्ते। सत श्री अकाल, नमस्ते।